नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर के जंडियाला गुरु के नजदीक गांव जानिया मोड़ पर एक नौजवान की गोली मारकर की हत्या, पुलिस जांच में जुटी। जालंधर के बस्ती गुजा क्षेत्र में गत दिनों हुए कत्ल के मामले में पुलिस ने एक आरोपी को किया काबू। नशे की लत पूरी करने के लिए पैसे छीनते हुए किया कत्ल। अमृतसर में धार्मिक स्थानों पर श्रद्धालुओं के सामान व जेवर चोरी करने वाले एक गैंग की 4 सदस्यों को पुलिस ने किया काबू, कटर किया बरामद। और अब हलचल विस्तार से। अमृतसर के जंडियाला गुरु के नजदीकी गांव जानिया मोड़ पर एक नौजवान की गोली मारकर हत्या कर देने का मामला सामने आया है। मृतक व्यक्ति की पहचान गुरसेवक सिंह निवासी तरन तारण के रूप में हुई है, जो कि अपनी बहन को मिलने के लिए यहां आया हुआ था। मृतक नौजवान आर्मी में तैनात है और कल उसने वापस ड्यूटी पर जाना था। वही घटना की सूचना मिलते ही पुलिस ने मौके पर पहुंचकर शव को कब्जे में लेकर पोस्टमार्टम हेतु सिविल अस्पताल अमृतसर में भिजवा दिया है और मामले की जांच शुरू कर दी है। अमृतसर से हलचल के लिए सुनील खोसला की रिपोर्ट। ਜੋਧਵੀਰ ਸਿੰਘ ਜੀ ਹੈ ਜੀ। ਜੋਧਵੀਰ ਸਿੰਘ ਜੀ, ਕੀ ਗੱਲ ਹੋਈ ਆ ਜੀ ਤੁਹਾਡੇ ਬ੍ਰਦਰ ਦੇ ਨਾਲ? ਇਹ ਮੇਰਾ ਭਰਾ ਜੀ, ਕੱਲ੍ਹ ਸ਼ਾਮੀ 5 ਵਜੇ ਆਇਆ ਮੇਰੀ ਭੈਣ ਕੋਲ ਇੱਥੇ ਪਿੰਡ ਠੱਠੀਆਂ। ਉੱਥੇ 5 ਵਜੇ ਆਇਆ ਅਤੇ 7:30-8 ਵਜੇ ਗਏ ਆ ਦੋਵੇਂ ਜਣੇ ਪ੍ਰਾਹੁਣਾ ਸਾਡਾ ਅਤੇ ਦੁੱਧ ਪਾਉਣ। ਉਦੋਂ ਜਦੋਂ ਵਾਪਸ ਆਏ ਆ ਉਦੋਂ ਇਹ ਆਉਂਦੇ ਆ ਵੀ 2 ਬੰਦੇ ਆਏ ਆ ਪਿੱਛੋਂ ਮੋਟਰਸਾਈਕਲ ਦੇ ਮੂੰਹ ਵੱਧੇ ਅਤੇ ਗੋਲੀਆਂ ਮਾਰ ਕੇ ਅਤੇ ਗਾਂ ਚਲੇ ਗਏ। ਕਿਉਂ ਗੋਲੀਆਂ ਮਾਰੀਆਂ ਗਈਆਂ, ਕੋਈ ਪੁਰਾਣੀ ਰੰਜਿਸ਼? ਇਹ ਤਾਂ ਕੋਈ ਪਤਾ ਨਹੀਂ ਜੀ, ਕੋਈ ਰੰਜਿਸ਼ ਨਹੀਂ ਸਾਡੀ ਕਿਸੇ ਨਾਲ ਅਤੇ ਇਹ ਨਹੀਂ ਪਤਾ ਲੱਗਾ ਵੀ ਕਾਹਤੋਂ ਮਾਰੀਆਂ। ਕੀ ਕਰਦੇ ਸੀ ਤੁਹਾਡੇ ਬ੍ਰਦਰ? ਉਹ ਆਰਮੀ ਦੇ ਵਿੱਚ ਜੀ ਜੋਬ ਕਰਦੇ। ਛੁੱਟੀ ਕਿੱਦਣ ਆਏ? ਛੁੱਟੀ ਵਾ ਇਹ 17 ਤਰੀਕ ਨੂੰ ਪਿਛਲੇ ਮਹੀਨੇ ਦੀ ਨੂੰ, ਅਤੇ ਉਹਨਾਂ ਨੇ ਕੱਲ੍ਹ ਨੂੰ ਜਾਣਾ ਸੀ। ਪ੍ਰਸ਼ਾਸਨ ਦੇ ਮੁਤਾਬਕ ਆ ਵੀ ਜਦੋਂ ਰਾਤ ਇੱਥੇ ਕਿਤੇ ਇਕੱਠੇ ਹੋਏ ਆ ਅਤੇ ਇਹਨਾਂ ਨੇ ਪੈਗ ਸ਼ੈਗ ਸਾਰਿਆਂ ਲਾਇਆ ਸੀ, ਜਿਹੜੇ ਨਾਲ ਦੇ ਜਦੋਂ ਗੋਲੀ ਵੱਜ ਗਈ ਸਾਡੇ ਭਣੇਵੇਂ ਦੇ ਅਤੇ ਜਿਹੜੇ ਨਾਲ ਦੇ ਮੁੰਡੇ ਸੀ ਉਹ ਰਾਤ ਦੇ ਗਾਇਬ ਆ, ਫੋਨ ਬੰਦ ਕੀਤਾ ਉਹਨਾਂ ਨੇ। ਗੋਲੀ ਵੱਜੀ ਕਿਸ ਤਰ੍ਹਾਂ ਵਾ ਇਹ ਸਾਨੂੰ ਵੀ ਪਤਾ ਨਹੀਂ ਜੀ। ਅਸੀਂ ਇਵੇਂ ਆ ਜੀ, ਅਸੀਂ ਕਿਤੇ ਮਤਲਬ ਉੱਥੇ ਕੋਈ ਟਾਈਮ ਮੌਕੇ 'ਤੇ ਨਹੀਂ ਹੈਗੇ। ਪੁਲਿਸ ਦੇ ਸ਼ੱਕ ਦੇ ਘੇਰੇ 'ਚ ਉਹਨਾਂ ਫੋਨ ਬੰਦ ਕਰਤਾ, ਉਹ ਬੰਦੇ ਘਰੋਂ ਵੀ ਹੈ ਨਹੀਂ ਗਏ ਅਤੇ ਪੁਲਿਸ ਦੇ ਸ਼ੱਕ ਦੇ ਘੇਰੇ ਦੇ ਵਿੱਚ ਉਹ ਬੰਦੇ ਆਏ ਆ ਅਤੇ ਉਹਨਾਂ ਦੇ ਜਿਹੜੀ ਇਹਨਾਂ ਨੇ ਪੁਲਿਸ ਨੇ ਆਪਦੀ ਐਫ ਆਰ ਆਈ ਕੱਟ ਕੀਤੀ ਆ। ਜੋ ਪ੍ਰਸ਼ਾਸਨ ਕਰੂਗਾ ਅਸੀਂ ਪ੍ਰਸ਼ਾਸਨ ਦੇ ਮੁਤਾਬਕ, ਸਾਡਾ ਕੋਈ ਬਿਆਨ ਨਹੀਂ ਹੈਗਾ ਨਾ ਕੋਈ ਲੱਗਦਾ ਵਾ ਕਿ ਜਿਹੜੇ ਨਾਲ ਬੈਠੇ ਖਾ ਪੀ ਰਹੇ ਸੀ ਉਹਨਾਂ ਨੇ ਗੋਲੀ ਮਾਰੀ ਹੈ। ਵੇਖੋ ਜੀ, ਪ੍ਰਸ਼ਾਸਨ ਇਹ ਗੱਲ ਪਰਚਾ ਦੇਣ ਦਾ ਗੱਲ ਹੀ ਇਹ ਬਣੀ ਆ, ਉਹਨਾਂ ਦਿੱਤਾ ਹੀ ਤਾਂ ਵਾ ਵੀ ਉਹ ਬੰਦੇ ਉਹੋ ਹੀ ਆ, ਉਹ ਆਣ ਕੇ ਆਪਦਾ ਪੁਲਿਸ ਕੋਲ ਆਪਦਾ ਆਣ ਕੇ ਸਪਸ਼ਟੀਕਰਨ ਦਿੰਦੇ ਵੀ ਅਸੀਂ ਹੈ ਨਹੀਂ ਆ, ਅਤੇ ਪੁਲਿਸ ਉਹ ਤੋਂ ਗਾਹ ਤੁਰ ਪੈਂਦੀ, ਅਗਲੇ ਬੰਦੇ ਲੱਭਦੀ ਪੁਲਿਸ, ਪਰ ਉਹ ਬੰਦੇ ਅਜੇ ਤੱਕ ਨਹੀਂ। ਅਸੀਂ ਹੁਣ ਉੱਥੋਂ ਦੀ ਪੰਚਾਇਤ ਆਈ ਹੈ, ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਲੈ ਆਓ ਵੀ ਉਹ ਆਪਦਾ ਦੇਣ ਅਤੇ ਗਾਰਡ ਦੇ ਪਾਸੇ ਪੁਲਿਸ ਤੁਰ ਪਏ। ਇਹਦੇ ਵਿੱਚ ਅਸੀਂ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਵਿੱਚ ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਿਆ। ਉਸ ਤੋਂ ਬਾਅਦ ਜਿਹੜੇ ਹਾਲਾਤ ਸਾਡੇ ਸਾਹਮਣੇ ਆ ਉਹਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਹੁਤ ਹੀ ਜਲਦ ਜਿਹੜੇ ਇਹਦੇ ਦੋਸ਼ੀ ਨੇ ਉਹ ਸਾਰੇ ਗ੍ਰਿਫਤਾਰ ਕਰ ਲਏ ਜਾਣਗੇ। ਔਰ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਕਿ ਇਹ ਜਿਹੜਾ ਕਤਲ ਹੋਇਆ ਆ ਇਸ ਕਤਲ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਬਹੁਤ ਜਲਦ ਗ੍ਰਿਫਤਾਰ ਕਰਕੇ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਆ ਉਹ ਦੇਖੋ ਅਜੇ ਕੋਈ ਵੀ ਟਿੱਪਣੀ ਨਹੀਂ ਮੈਂ ਕਰ ਸਕਦਾ ਇਹੋ ਜਿਹੀ, ਕਿਉਂਕਿ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜਾ ਮ੍ਰਿਤਕ ਗੁਰਸੇਵਕ ਸਿੰਘ ਸੀਗਾ ਇਹ ਆਪਣੇ ਸਾਲੇ ਦੇ ਨਾਲ ਬਾਹਰ ਆਇਆ ਸੀਗਾ ਔਰ ਜਿੱਥੇ ਕਿ ਇਹ ਵਾਰਦਾਤ ਹੋਈ ਹੈ। ਸੋ ਇਹਦੇ ਬਾਰੇ ਅਜੇ ਹੋਰ ਬਾਕੀ ਅਜੇ ਕੁਛ ਤੁਹਾਨੂੰ ਮੈਂ ਜ਼ਿਆਦਾ ਇਹਦੇ ਬਾਰੇ ਨਹੀਂ ਕਹਿ ਸਕਦਾ, ਬਟ ਬਹੁਤ ਹੀ ਜਲਦ ਜਿਹੜੀ ਹੈ ਇਹਦੀਆਂ ਸਾਰੀਆਂ ਚੀਜ਼ਾਂ ਦੇ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਖੁਲਾਸਾ ਕਰਾਂਗੇ ਔਰ ਬਹੁਤ ਜਲਦ ਤੁਹਾਨੂੰ ਜਿਹੜਾ ਵਾ ਉਹ ਸਾਰੇ ਦੋਸ਼ੀਆਂ ਦੇ ਨਾਮ ਵੀ ਬਹੁਤ ਜਲਦੀ ਨੇ। ਇਹਦੇ ਵਿੱਚ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਰਿਕੁਐਸਟ ਕੀਤੀ ਹੈ ਕਿ ਸਾਡੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ, ਅਸੀਂ ਕੁਛ ਵੀ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਅਗਰ ਅਸੀਂ ਕੋਈ ਵੀ ਚੀਜ਼ ਇੱਦਾਂ ਰਿਵੀਲ ਕਰਾਂਗੇ ਤਾਂ ਉਹਦਾ ਜਿਹੜਾ ਅਸਰ ਆ ਉਹ ਸਾਡੀ ਇਨਵੈਸਟੀਗੇਸ਼ਨ 'ਤੇ ਪੈ ਸਕਦਾ, ਜਿਹਦਾ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ, ਬਟ ਬਹੁਤ ਜਲਦ ਤੁਹਾਨੂੰ ਸਾਰਾ ਕੁਝ ਬਹੁਤ ਜਲਦੀ ਦੱਸਾਂਗੇ। ਜਲੰਧਰ ਕੇ ਬਸਤੀ ਗੁਜਾ ਖੇਤਰ ਮੇਂ ਗਤ ਦਿਵਸ ਦੁਕਾਨਦਾਰ ਵਪਾਰੀ ਕੀ ਹੱਤਿਆ ਕਰ ਦੀ ਗਈ ਥੀ। ਇਸ ਹੱਤਿਆ ਕੇ ਮਾਮਲੇ ਮੇਂ ਪੁਲਿਸ ਦੁਆਰਾ ਇੱਕ ਆਰੋਪੀ ਕੋ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਪ੍ਰੈਸ ਵਾਰਤਾ ਕੇ ਦੌਰਾਨ ਜਾਣਕਾਰੀ ਦੇਤੇ ਹੋਏ DCP ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਬਤਾਇਆ ਕਿ 62 ਵਰਸ਼ੀਏ ਪਰਮਜੀਤ ਅਰੋੜਾ ਕੀ ਨਸ਼ੇ ਕੇ ਆਦੀ ਯੁਵਕ ਨੇ ਹੱਤਿਆ ਕਰ ਦੀ ਥੀ। ਉਨ੍ਹਾਂ ਨੇ ਬਤਾਇਆ ਕਿ ਪਰਮਜੀਤ ਅਰੋੜਾ ਆਪਣੇ ਘਰ ਮੇਂ ਹੀ ਕਰਿਆਨੇ ਕੀ ਦੁਕਾਨ ਚਲਾ
बताता था। सुबह लगभग 6:30 बजे के करीब परमजीत अरोड़ा दुकान खोल रहे थे कि उसी इलाके के 29 वर्षीय एक नशेड़ी युवक को जब नशे की तोड़ लगी तो उसने रुपये की खातिर परमजीत अरोड़ा से रुपये छीन लिए और चाकू गोद कर उनकी हत्या कर दी। उक्त आरोपी की पहचान लवप्रीत उर्फ प्रीत निवासी बस्ती गुजा के तौर पर हुई है, जो कि पिछले 7 साल से किराए पर रह रहा है। फिलहाल पुलिस द्वारा आरोपी को गिरफ्तार कर आगे की कार्रवाई की जा रही है। जालंधर से पंकज शर्मा की रिपोर्ट। पुलिस को इनफॉरमेशन आई के उन्हें अगे डिवेल्प किया, डिवेल्प करने तो बाद जो है एक व्यक्ति जो अक्यूज्ड सी ये अरेस्ट करने कामयाब हो, जिस तो वैपन जो चाकू से जिद उन्हें स्टैबिंग की रिकवर कर लिया है। ये जो अक्यूज्ड लवप्रीत सिंह यदि उम्र करीब 29 साल है एंड बस्ती गुजा के जोड़ा है उत्ते नाल ही वड्डा बेड़ा एक मुहल्ला पैंदा उत्थे दा जिहड़ा रहन वाला हैगा। तां इह अक्यूज्ड नशे दा करन दा आदी हैगे सी, तां इह अपनी नशे दी लत नूं पूरा करन वास्ते इहनूं पैसिआं दी लोड़ सी। इह दुकान इहनूं उस एरिए दा होण करके इहनूं पता सी कि किस टाइम ते परमजीत अरोड़ा वल्लों जिहड़ी दुकान है जिहड़ी उत्थे खोली जांदी आ जां बंद कीती जांदी आ। इह अपना घरों निकल के सवेरे उठण तों बाद दुकान ते जांदा, तां उस टाइम परमजीत अरोड़ा दुकान खोल रहे हुंदे आ, तां जिथे जा के अपने खोह करन दी कोशिश करदा एंड उन्हों तो कुछ पैसे खो लैंदा, 6-7 हज़ार रुपया जिहड़ा उन्हों तो उतों खो किया जाता। प्लस उत्थे जो इन दी क्योंकि वह सेहतमंद सी तो इन जो फड़न की कोशिश की जाती है तो स्कफल दे विच उस तो बाद अपना चाकू दे नाल उन्हों दा पहचाने के पहचान ना लवे उसके डर तो मर्डर कर देंदा। अमृतसर में आए दिन धार्मिक स्थानों पर श्रद्धालुओं के सामान, पर्स, गले की चेन और कई सामान चोरी होने की शिकायत आम सुनने को मिलती रहती हैं, जिसके चलते पुलिस अधिकारी भी इन शरारती तत्वों के विरुद्ध पूरी निगाह लगाए बैठे हैं, जिसके चलते थाना सी डिवीज़न की पुलिस ने बड़ी सफलता हासिल की है। गुरुद्वारा शहीदा साहिब जहां संगतों की काफ़ी भीड़ लगी रहती है, वहां पर कुछ महिलाओं को चोरी की वारदात को अंजाम देते हुए रंगे हाथों काबू किया गया, जिसकी सूचना पुलिस अधिकारियों को भी दी गई। पुलिस अधिकारी भी मौके पर पहुंचे पर उनकी ओर से लगभग 4 महिलाओं को काबू किया गया। इस मौके पर पुलिस अधिकारी ने बताया कि उन्हें काफ़ी लंबे समय से शिकायतें मिल रही थी और अब वे इन्हें पकड़ने में कामयाब हो गए हैं। उन्होंने बताया कि लगभग 8 से 10 महिलाओं का गैंग बना हुआ है, जो धार्मिक स्थानों पर आने वाले श्रद्धालुओं को अपना निशाना बनाती थी। उनके पास से कटर भी बरामद हुआ है। ये संगरूर और बरनाला शहर की रहने वाली हैं। इन्हें अदालत में पेश कर रिमांड पर लिया जाएगा ताकि इनसे आगे की पूछताछ की जा सके। अमृतसर से हलचल के लिए सुनील खोसला की रिपोर्ट। ग्रुप है कोई उन्होंने लोगों के दस मुताबक 8-10 का जेडे कोई बजुर्ग आदमी कोई औरत है वो आले दुआले इन्होंने हो जाना वो कोई चैन ला ली जो कोई वंग ला ली सोने की, ठीक है। ये एक दूजे मुड़ के मौके पर जी के एक लाई दूजे ने पास कर देनी मुड़ के जरा नहीं जी काबू आदि हम कल काबू आई ने साढ़े ਇਹ ਕਟਰ ਕੁਟਰ ਰੱਖੇ ਇਹਨਾਂ ਨੇ। ਹਾਂ ਇਹ ਦੱਸਣਗੇ ਅਗਾਂਹ ਕੀ ਰੱਖਿਆ ਕਟਰ ਦਾ ਕਿੱਦਾਂ ਕੀ ਕਰਦੀਆਂ ਸੀ। ਤਾਂ ਕੀ ਕੁਝ ਇਹਨਾਂ ਦੇ ਕੋਲੋਂ ਬਰਾਮਦ ਹੋਇਆ? ਹਾਲੇ ਕੁਛ ਨਹੀਂ ਬਰਾਮਦ ਹੋਇਆ, ਹਾਲੇ ਤਾਂ ਮਤਲਬ ਇਹਨਾਂ ਨੂੰ ਬਿਲਕੁਲ ਵਾਰਦਾਤ ਕਰਦੇ ਨੂੰ ਮੌਕੇ ਤੇ ਫੜਿਆ। संगरूर में देर रात एक ट्रक में 12 गायें भरकर ले जा रहे 2 लोगों को गोरक्षा दल और पुलिस ने काबू किया है। गोरक्षा दल का आरोप है कि ये गायें बरनाला से ट्रक में भरकर किसी दूसरे राज्य में बूचड़खाने में ले जाई जा रही थी। गुप्त सूचना के आधार पर ट्रक का पीछा कर इसे संगरूर में काबू किया गया। ट्रक में 12 गायें और उनके 3 बछड़े थे। जब ट्रक से गायों को उतारा गया तो देखने में दूध देने वाली गायें लग रही थी, लेकिन जो गोरक्षा दल के लोग उनके साथ चल रहे थे उन्होंने दावा किया है कि ये दूध देने वाली गायें नहीं है। उनकी मांग है कि आरोपियों के खिलाफ सख्त से सख्त कार्रवाई की जाए। वहीं मौके पर पहुंचे पुलिस अधिकारी ने कहा कि उन्होंने संगरूर के धूरी रोड पर नाका लगाया हुआ था, वहां पर ट्रक को रोककर उसमें से 12 गायें और 3 बछड़े बरामद किए हैं, जिन्हें गौशाला में छोड़ दिया गया है और इस मामले में 2 लोगों को गिरफ्तार किया गया है। संगरूर से हलचल के लिए जसवीर मान की रिपोर्ट। 12 गौं थी जी, 3 बछड़ू थी। ਇਹ ਈਦ ਦੇ ਤਿਉਹਾਰ ਕਰਕੇ ਜੀ ਵੱਢਣ ਵਾਸਤੇ ਜਾ ਰਹੀ ਸੀ ਜੀ, ਬਰਨਾਲੇ ਤੋਂ ਭਰ ਗਿਆ ਜੀ, ਇਹ ਵੱਢਣ ਵਾਸਤੇ ਜਾ ਰਹੀ ਸੀ। ਹੁਣ ਜਦੋਂ ਮੈਨੂੰ ਇਨਫੋਰਮੇਸ਼ਨ ਮਿਲੀ ਜੀ ਫਿਰ ਮੈਂ ਸਾਰੀ ਆਪਣੀ ਟੀਮ ਜਿਹੜੀ ਮੇਰੇ ਨਾਲ ਆਈ ਉਹ ਲਾਈਆਂ ਜੀ ਬਰਨਾਲਾ ਕੈਂਚਾਂ ਤੋਂ, ਪਹਿਲਾਂ ਪਤਾ ਲੱਗਿਆ ਸਾਨੂੰ ਉੱਥੇ ਨਹੀਂ ਮਿਲੇ ਜੀ, ਇਹ ਫਿਰ ਧੂਰੀ ਕਿੰਨੇ ਘੁੰਮ ਕੇ ਆਏ ਨੇ ਜੀ, ਇਹ ਫੜੇ ਨੇ ਸਾਨੂੰ ਧੂਰੀ ਵਾਲੇ ਪੁੱਲ ਲਵੇ ਜੀ।
ਦੋਨੇ ਥਾਣੇ ਦੀ ਪੁਲਿਸ ਲਿਜਾ ਗਈ। ਇਹ ਸਰ ਇਹਨਾਂ ਦੇ ਵਿੱਚ ਹਵਾ ਭਰਾ ਗਈ ਭਰੀ ਗਈ ਹੈ ਜੀ, ਚੱਡਿਆਂ ਦੇ ਵਿੱਚ ਦਿਖਾਉਣ ਵਾਸਤੇ ਦਿਖਾਵਾ ਕੀਤਾ ਹੋਇਆ ਜੀ, ਹੈਗੀ ਵੱਢਣ ਵਾਸਤੇ ਭੇਜੀ ਹੋਈ ਇਹਨਾਂ ਨੇ, ਈਦ ਦੇ ਮੌਕੇ 'ਤੇ ਲੈ ਕੇ ਜਾ ਰਹੇ ਨੇ ਜੀ। ਇਹ ਸਜਾਈਆਂ ਐਂ ਸਜਾ ਕੇ ਲੈ ਕੇ ਜਾਂਦੇ ਨੇ, ਪਤਾ ਨਾ ਲੱਗਿਆ ਤਾਂ ਪੇਪਰ ਵੀ ਤਿਆਰ ਕਰ ਲੈਂਦੇ ਨੇ ਨਕਲੀ ਜੀ। ਇਹ ਜਿਹੜਾ ਟਰੱਕ ਹੈ ਬਰਨਾਲੇ ਤੋਂ ਭਰਿਆ ਸੀ, ਬਰਨਾਲੇ ਦੇ ਅੰਦਰ ਕਈ ਤਸਕਰ ਇਹੋ ਜਿਹੇ ਬੈਠੇ ਆ, ਉਹ ਗਲੀਆਂ 'ਚੋਂ ਪਿੰਡਾਂ 'ਚੋਂ ਜੀਪ ਰੱਖੀ ਹੋਈ ਆ, ਗਊਆਂ ਭਰ ਕੇ ਆਪਣੇ ਘਰ ਲਿਆਉਂਦੇ ਆ, ਅਤੇ ਉਹਨਾਂ ਦੇ ਥਣਾਂ 'ਚ ਹਵਾ ਭਰਦੇ ਆ ਪੰਪ ਨਾਲ, ਸਾਈਕਲ ਦਾ ਬਾਲ ਉਹਨਾਂ ਦੇ ਥਣਾਂ 'ਚ ਪਾ ਕੇ ਫਿਰ ਪੰਪ ਨਾਲ ਹਵਾ ਭਰੀ ਜਾਂਦੀ ਹੈ, ਤਾਂ ਕਿ ਦੇਖਣ ਨੂੰ ਲੱਗੇ ਵੀ ਇਹ ਗਊਆਂ ਦੁੱਧ ਵਾਲੀਆਂ। ਉਹਨਾਂ ਦਾ ਲੇਵਾ ਵੱਡਾ ਬਣਾ ਕੇ ਤਿਆਰ ਕਰਕੇ ਨਵੀਆਂ ਮੋਹਰੀਆਂ ਪਾ ਕੇ ਇਹਨਾਂ ਨੂੰ ਬੁੱਚੜਖਾਨੇ ਭੇਜਿਆ ਜਾਂਦਾ ਹੈ। ਅੱਜ ਵੀ ਇਹਨਾਂ ਨੇ ਇਹੀ ਕਰਿਆ, ਥਣਾਂ ਦੇ ਵਿੱਚ ਹਵਾ ਭਰੀ ਗਈ ਇਹਨਾਂ ਦੇ, ਅਤੇ ਇਹ ਜਿਹੜੀਆਂ ਈਦ ਵਾਸਤੇ ਪੰਜਾਬ ਤੋਂ ਬਾਹਰ ਕੇਰਲਾ 'ਚ ਇਹ ਵੱਢਣ ਵਾਸਤੇ ਜਾ ਰਹੀਆਂ ਸੀ, ਸਾਡੀ ਮੁਖਬਰੀ ਸੀ, ਅਤੇ ਅਸੀਂ ਉੱਥੋਂ ਬਰਨਾਲੇ ਤੋਂ ਇਹਦਾ ਪਿੱਛਾ ਕਰਿਆ। ਜਦੋਂ ਇਹ ਰੋਡ 'ਤੇ ਚੜ੍ਹੀ ਧੂਰੀ ਸੀ ਅਤੇ ਸੰਗਰੂਰ ਦੇ ਅੰਦਰ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ, ਵੱਡੇ ਅਫਸਰਾਂ ਨੂੰ ਨਾਕਾਬੰਦੀ ਕਰਾਈ ਗਈ, ਜੁਆਇੰਟ ਆਪਰੇਸ਼ਨ ਨਾਲ ਇਹ ਜਿਹੜੀਆਂ ਗਊਆਂ ਅਸੀਂ ਫੜੀਆਂ, ਬੁੱਚੜਖਾਨੇ ਜਾਣ ਤੋਂ ਰੋਕੀਆਂ ਗਈਆਂ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ, ਇੱਕ ਧੂਰੀ ਸਾਈਡ ਤੋਂ ਜਿਹੜਾ ਹੈਗਾ ਟਰੱਕ ਆ ਰਿਹਾ ਗਊਆਂ ਨਾਲ ਭਰਿਆ ਹੋਇਆ, ਤਾਂ ਅਸੀਂ ਇਮੀਡੀਏਟਲੀ ਜਿਹੜੇ ਹੈਗਾ ਮਰੂਤੀ ਏਜੰਸੀ ਕੋਲ ਜਿਹੜੀ ਨਾਕਾਬੰਦੀ ਕਰਕੇ ਜਿਹੜਾ ਹੈਗਾ ਟਰੱਕ ਨੂੰ ਉੱਥੋਂ ਮੌਕੇ ਤੋਂ ਕਾਬੂ ਕੀਤਾ। ਮੌਕੇ ਦੇ ਵਿੱਚੋਂ ਉੱਥੋਂ ਅਸੀਂ ਜਿਹੜਾ ਟਰੱਕ ਦੇ ਵਿੱਚੋਂ 12 ਗਊਆਂ ਅਤੇ ਨਾਲ ਉਹਨਾਂ ਦੇ 3 ਜਿਹੜੇ ਹੈਗੇ ਸੀ ਵਿਛੜੇ ਸੀਗੇ, ਉਹਨਾਂ ਨੂੰ ਬਰਾਮਦ ਕੀਤਾ ਅਤੇ 2 ਦੋਸ਼ੀਆਂ ਨੂੰ ਜਿਹੜਾ ਹੈਗਾ ਮੌਕੇ 'ਤੇ ਅਸੀਂ ਕਾਬੂ ਕਰ ਲਿਆ। ਪੰਜਾਬ ਕੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਅਗਵਾਈ ਵਾਲੀ ਸਰਕਾਰ ਦੁਆਰਾ ਮਾਲ ਵਿਭਾਗ ਕੇ ਕਾਮ ਕਾਜ ਕੋ ਔਰ ਸੁਚਾਰੂ ਔਰ ਬਿਹਤਰ ਬਣਾਨੇ ਕੇ ਲੀਏ ਕਈ ਪਹਿਲਕਦਮੀਆਂ ਕੀ ਜਾ ਰਹੀ ਹੈ। ਉਹਨੇ ਕਿਹਾ ਕਿ ਮੁੱਖ ਮੰਤਰੀ ਕੀ ਔਰ ਸੇ ਮਿਲੀ ਹਦਾਇਤੋਂ ਕੋ ਧਿਆਨ ਮੇ ਰੱਖਤੇ ਹੋਏ ਲੋਗੋਂ ਕੋ ਪਰੇਸ਼ਾਨੀਓਂ ਸੇ ਰੋਕਨੇ ਕੇ ਲੀਏ ਫੀਲਡ ਅਧਿਕਾਰੀ ਔਰ ਕਰਮਚਾਰੀਓਂ ਕੋ ਵਿਸ਼ੇਸ਼ ਨਿਰਦੇਸ਼ ਸਮੇਂ ਸਮੇਂ ਪਰ ਜਾਰੀ ਕੀਏ ਜਾਤੇ ਹੈ। ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਪੂਰਥਲਾ ਰੋਡ ਮੇ ਸਟੇਟ ਪਟਵਾਰ ਸਕੂਲ ਕੇ ਲੀਏ 3,68,00,000 ਰੁਪਏ ਸੇ ਅਧਿਕ ਕੇ ਵਿਕਾਸ ਪ੍ਰੋਜੈਕਟ ਕੀ ਸ਼ੁਰੂਆਤ ਕੀ। ਇਸ ਮੌਕੇ ਪਰ ਉਹਨੇ ਕੰਪਲੈਕਸ ਕੇ ਨਵੀਨੀਕਰਨ ਪ੍ਰੋਜੈਕਟ ਕਾ ਨੀਂਹ ਪੱਥਰ ਰੱਖਨੇ ਕੇ ਇਲਾਵਾ ਇਮਾਰਤ ਮੇ ਸੋਲਰ ਊਰਜਾ ਪਲਾਂਟ ਕਾ ਉਦਘਾਟਨ ਵੀ ਕੀਆ। ਇਸ ਦੌਰਾਨ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ, ਅੰਤਰਿਕਤ ਮੁੱਖ ਸਚਿਵ ਕੇ ਏ ਵੀ ਸਿਨਹਾ, ਕੰਟੇਨਰ ਔਰ ਵੇਅਰ ਹਾਊਸ ਕਾਰਪੋਰੇਸ਼ਨ ਕੀ ਚੇਅਰਮੈਨ ਰਾਜਵਿੰਦਰ ਕੌਰ ਥਿਆੜ ਵੀ ਮੌਜੂਦ ਰਹੀ। ਜਲੰਧਰ ਸੇ ਪੰਕਜ ਸ਼ਰਮਾ ਕੀ ਰਿਪੋਰਟ। ਕਰੋਨ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ। ਅੱਜ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਲੰਧਰ ਪਹੁੰਚੇ ਨੇ, ਸੋਲਰ ਐਨਰਜੀ ਪਲਾਂਟ ਦਾ ਇੱਥੇ ਉਦਘਾਟਨ ਕੀਤਾ ਹੈ ਸਰਕਾਰੀ ਬਿਲਡਿੰਗ ਦੇ ਵਿੱਚ। ਸੋ ਸਰ, ਕਿੰਨੇ ਕੁ ਜ਼ਰੂਰੀ ਨੇ ਅਜਿਹੇ ਪ੍ਰੋਜੈਕਟ? ਦੇਖੋ, ਸੋਲਰ ਐਨਰਜੀ ਦਾ ਪ੍ਰੋਜੈਕਟ ਜਿਹੜਾ ਬੜਾ ਅੱਛਾ ਹੈ, ਬਿਜਲੀ ਦੇ ਬਿੱਲ ਦਾ ਬਚਾਅ ਹੁੰਦਾ, ਡਿਪਾਰਟਮੈਂਟ ਦੇ ਪੈਸੇ ਬਚਦੇ ਬਿਜਲੀ ਦੇ ਬਿੱਲ ਦੇ, ਔਰ ਸੈਕੰਡਰੀ ਗ੍ਰੀਨ ਐਨਰਜੀ ਹੁੰਦੀ ਹੈ। ਇਹਦਾ ਰੈਨੋਵੇਸ਼ਨ ਦਾ ਹੈ, ਰੈਨੋਵੇਸ਼ਨ ਬਿਲਡਿੰਗ ਦੀ ਹੋ ਰਹੀ ਹੈ, ਤਾਂ ਕਿ ਆਉਣ ਵਾਲੇ ਟਾਈਮ ਨੂੰ ਜਿੰਨੇ ਸਟੂਡੈਂਟ ਇੱਥੇ ਐਜੂਕੇਸ਼ਨ ਲੈਂਦੇ ਆ ਔਰ ਠਹਿਰਦੇ ਵੀ ਆ, ਉਹਨਾਂ ਨੂੰ ਹੋਰ ਫੈਸਿਲਿਟੀਜ਼ ਮਿਲ ਸਕੇ ਜੀ। ਪੁਰਾਣੀ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਆ, ਬਟਾਲਾ ਦੀ ਇੱਕ ਇਮਾਰਤ ਵੀ ਸਰਕਾਰੀ ਦਾ ਵੀ ਗੱਲਬਾਤ ਸਾਹਮਣੇ ਆਈ ਸੀ ਕਿ ਮੁਰੰਮਤ ਹੋਣ ਵਾਲੀ ਹੈ, ਬਹੁਤ ਬੁਰੇ ਹਾਲਾਤ ਨੇ, ਕਿ ਉਸਦੀ ਸ਼ੁਰੂਆਤ ਹੈ ਇਹਨਾਂ ਸਾਰਿਆਂ ਨੂੰ ਮੁਰੰਮਤ ਕਰਨ ਦੀ? ਬਿਲਕੁਲ, ਜਿੱਥੇ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੈ, ਤਕਰੀਬਨ 100 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਸਾਰੀਆਂ ਤਹਿਸੀਲਾਂ ਦੀਆਂ ਬਿਲਡਿੰਗਸ ਨੂੰ ਉਹਨਾਂ ਨੂੰ ਮਾਡਰਨ ਕਰਨ ਲਈ, ਡਿਜੀਟਲ ਉੱਥੇ ਸਰਵਿਸ ਕਰਨ ਦੇ ਲਈ ਉਹਨਾਂ ਨੂੰ ਜਾਰੀ ਕੀਤੀ ਹੈ ਮੁੱਖ ਮੰਤਰੀ ਜੀ ਨੇ। ਅਤੇ ਮੈਨੂੰ ਲੱਗਦਾ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਕਾਫੀ ਹੱਦ ਤੱਕ ਉੱਥੇ ਦੇ ਦਫ਼ਤਰ ਅਪਡੇਟ ਹੋਊਗੇ, ਅੱਛੀ ਬਿਲਡਿੰਗਸ, ਅੱਛਾ ਬਹਿਣ ਨੂੰ, ਜਿਹੜਾ ਬੰਦਾ ਰਜਿਸਟਰੀ ਕਰਾਉਂਦਾ ਉਹ ਵੀ ਕੰਫਰਟੇਬਲ ਫੀਲ ਕਰੇ, ਸਭ ਪ੍ਰਬੰਧ ਕੀਤੇ ਜਾ ਰਹੇ ਸਰਕਾਰ ਵੱਲੋਂ। ਪੰਜਾਬ ਦੇ ਵਿੱਚ ਹੁਣ ਇਸ ਵੇਲੇ ਸਭ ਤੋਂ ਜਿਹੜਾ ਮੁੱਦਾ ਚੱਲ ਰਿਹਾ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਚੱਲ ਰਿਹਾ ਹੈ, ਲਗਾਤਾਰ ਜਿਹੜਾ SGPC ਵੱਲੋਂ ਵਿਰੋਧ ਕੀਤਾ ਜਾ ਰਿਹਾ ਸਰਕਾਰ ਦੇ ਬਿੱਲ ਦਾ, ਤੁਸੀਂ ਇਸ ਦੇ ਬਾਰੇ ਕੀ ਟਿੱਪਣੀ ਦੇਣਾ ਚਾਹੋਗੇ? ਮੈਂ ਕਹਿ ਸਕਦਾ ਹਾਂ ਵੀ ਗੁਰਬਾਣੀ ਦਾ ਪ੍ਰਸਾਰ ਜਿਹੜਾ ਹੈ ਉਹ ਤਾਂ ਗੁਰੂ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਪੂਰੀ ਦੁਨੀਆ ਦੇ ਲਈ ਖੁੱਲ੍ਹਾ ਰੱਖਿਆ ਸੀ, ਔਰ SGPC ਉੱਤੇ ਪਤਾ ਨਹੀਂ ਕਿਉਂ ਆਪਣੇ ਚਾਹੁੰਦੀ ਹੈ ਵੀ ਸਾਡੇ ਕੋਲ ਅਧਿਕਾਰ ਰਹਿਣ। ਸਰਕ CM ਸਾਹਿਬ ਨੇ, ਮੁੱਖ ਮੰਤਰੀ ਪੰਜਾਬ ਵਿੱਚ ਚਾਹੁੰਦੇ ਆ ਵੀ ਇਹਦਾ ਪ੍ਰਚਾਰ ਔਰ ਪ੍ਰਸਾਰ ਵੱਧ ਤੋਂ ਵੱਧ ਸਾਡੀ ਦੁਨੀਆ 'ਚ ਹੋਵੇ, ਇਹ SGPC ਨੂੰ ਤਾਂ ਜ਼ਰੂਰ ਸੋਚਣਾ ਚਾਹੀਦਾ, ਸਗੋਂ SGPC ਨੂੰ ਇਸ ਮਾਮਲੇ 'ਚ ਸਹਿਯੋਗ ਕਰਨਾ ਚਾਹੀਦਾ। ਦੇਖੋ, ਅੱਜ 2 ਪ੍ਰੋਜੈਕਟ ਹੈ ਉਹਨਾਂ ਦਾ ਉਦਘਾਟਨ ਕੀਤਾ ਗਿਆ, ਜਿਹਦੇ ਵਿੱਚ ਇੱਕ ਤਾਂ ਐਨਰਜੀ ਦਾ ਸੀਗਾ, ਸੋਲਰ ਐਨਰਜੀ ਦਾ, ਦੂਸਰਾ ਜਿਹੜਾ ਡਾਇਰੈਕਟਰ ਲੈਂਡ ਰਿਕਾਰਡ ਆਫਿਸ ਹੈ ਇਹਨੂੰ ਰੈਨੋਵੇਟ ਕਰਨ ਦੇ ਲਈ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ, ਇਹਦੇ ਵਿੱਚ ਇਹਨੂੰ ਅਪਗ੍ਰੇਡ ਕਰਨ ਦੇ ਲਈ
क्योंकि इतने पटवारियों की क्लासिस भी लगदियां उदा भी अज नाल शुरुआत की गई है। और बड़ी अच्छी गल है कि 80 किलो वाट का जोड़ा सोलर प्रोजेक्ट है ये जोड़ा स्टेट बैंक ऑफ इंडिया उन्होंने इनू जोड़ा प्रोजेक्ट किया और बिल्कुल फ्री ऑफ कॉस्ट है जोड़ा वो साढ़े डायरैक्टर लैंड रिकॉर्ड ने जोड़ा एस बी आई गल करके उन्होंने लगवाया। तो मैं समझदा कि जिथे सरकार के बड़े पैसे है जी वो बचत हुई है वो जी सोलर एनर्जी के नाल जी है सरकार के जोड़े खजाने के उत्ते बिजली का जोड़ा बोझ पैंदा सी वो भी जोड़ा बहुत घटिया। और क्योंकि भगवंत मान साहब हमेशा पंजाब नूं अगे वधाउण दे लई हमेशा पहलकदमी करते हैं। सो मैं समझदा कि सारे साढ़े मंत्री साहबान श्री ब्रह्म शंकर जिंपा जी या दूसरे जोड़े मिनिस्टर है अच्छा काम है जोड़ा पब्लिक हित कर रहे हैं। BSF के DG नितिन अग्रवाल सचखंड श्री हरमंदिर साहिब में नतमस्तक होने के लिए पहुंचे। इस दौरान उनके साथ BSF के DIG संजय सिंह गौर के अलावा कई उच्चाधिकारी मौजूद रहे। इस दौरान जहां उन्होंने गुरु घर में माथा टेक आशीर्वाद प्राप्त किया तो वहीं सरबत के भले की अरदास भी की। इस अवसर पर श्रोमणी कमेटी के अधिकारियों की ओर से उन्हें सम्मानित भी किया गया। इस दौरान मीडिया से बातचीत करते हुए DG नितिन अग्रवाल ने कहा कि वे 20 वर्ष पहले गुरुघर में आए थे, उसके बाद अमृतसर आने का मौका नहीं मिला, लेकिन अब उन्हें अमृतसर आने का मौका मिला है इसलिए वे गुरुघर में माथा टेकने के लिए आए हैं। उन्होंने कहा कि अधिकारी सरहद पर पूरी तरह से अपनी ड्यूटी मुस्तैदी से निभा रहे हैं। अमृतसर से हलचल के लिए सुनील खोसला की रिपोर्ट। That I could come here and have darshan of the holy Harmandir Sahib. और पहले भी मैं आ चुका हूँ, 30 साल पहले करीब आया था, उसके बाद अमृतसर ऐसे आना जाना हुआ नहीं, तो मैं आना चाहता था और हो पाया कर रहे और रुके भी हैं, कहीं पकड़े भी गए हैं। आपने जैसे खुद ही कहा तो उसमें हम लोग चौकन्ने हैं और पकड़ भी रहे हैं और कार्रवाई हो रही है। खनौरी में भांकड़ा नहर में बीती 23 जून को ट्रैक्टर गिरने से 3 औरतें लापता हो गई थी, जिसके बाद से ही शवों को ढूंढने के लिए प्रशासन द्वारा गोताखोरों की मदद से सर्च ऑपरेशन जारी था, जिसके चलते उक्त महिलाओं के शव हरियाणा की नहर से मिले, जिसके बाद शवों को पोस्टमार्टम के लिए मुनक अस्पताल में भेजा गया। लेकिन इसी दौरान मजदूर यूनियन और गाँव के लोगों ने अस्पताल में धरना लगा दिया। प्रदर्शनकारियों ने मांग की है कि मृतक के परिवारों को पंजाब सरकार की ओर से 10 लाख रुपयों का मुआवजा, कर्ज माफ और एक सरकारी नौकरी दी जाए। उन्होंने कहा कि जब तक मुआवजा नहीं मिलेगा तब तक अंतिम संस्कार नहीं किया जाएगा। संगरूर से हलचल के लिए जसवीर मान की रिपोर्ट। जालंधर छावनी के अधीन आते शिव एनक्लेव में लोग टूटी हुई सड़कों से काफी परेशान थे, तो वहीं रंजीत एनक्लेव के लोग खाली प्लाटों में उगी जड़ी बूटियों से काफी परेशान थे, जिसके चलते इलाका निवासियों ने प्रसिद्ध समाज सेवक एवं आप नेता अजय कुमार पीवल को अपनी इस समस्या से अवगत करवाया, जिसके बाद अजय कुमार पीवल ने ये दोनों समस्याएं इलाका इंचार्ज सोडी से बातचीत की, जिसके बाद इलाका इंचार्ज सोडी ने तुरंत ही मिट्टी से भरी ट्राली भेजकर टूटी सड़कों में मिट्टी भरवा कर इसका हल किया और रंजीत एनक्लेव में JCB मशीन मंगवाकर जड़ी बूटियों पर चलवाकर जमीन को समतल करवा दिया, जिसके चलते इलाका वासियों ने प्रसिद्ध समाज सेवक एवं आप नेता अजय कुमार पीवल और इलाका इंचार्ज सोडी का आभार व्यक्त किया। इस मौके पर राजेश कुमार शर्मा, संजीव वर्मा, मदनलाल भगवानगिरी, कैप्टन जोगेंद्र, रमेश संदल और राजकुमार चौहान भी मौजूद रहे। जालंधर कैंट से हलचल के लिए कैमरामैन जतिन राजपूत की रिपोर्ट। आज शिविंग के लिए तो बहुत फोन आए थे भाजी, दो चार स्कूटियां गिर गई, बच्चे गिर गए हैं, तो दूसरा फोन सू आया रंजीत निकले तो भाजी साड़ी जड़ी बूटियां बहुत ज्यादा हो गई, मैं दोनों प्रॉब्लम हल्का इंचार्ज छोटी साहब डिस्कस किए तो उन्होंने पहल के आधार पर सानू मिट्टी की ट्राली भेजी, फिर JCB भेज के आ दोनों ही काम साढ़े इमीजिएटली कराते। मैं दिल की गहराइयों तो आम आदमी पार्टी हल्का इंचार्ज का बहुत दिलों धन्यवाद करता छोटी साहब का, जिन्होंने पहल के आधार से दीपनगर वासियों, नंगल वासियों, सोई पिंड वासियों का ख्याल करते हैं, करते रहेंगे। और अब अंत में हलचल की गतिविधियों पर एक नज़र फिर से। अमृतसर के जंडियाला गुरु के नजदीक गांव जानिया मोड़ पर एक नौजवान की गोली मारकर की हत्या, पुलिस जांच में जुटी।
जालंधर के बस्ती गुजा क्षेत्र में गत दिनों हुए कत्ल के मामले में पुलिस ने एक आरोपी को किया काबू। नशे की लत पूरी करने के लिए पैसे छीनते हुए किया कत्ल। अमृतसर में धार्मिक स्थानों पर श्रद्धालुओं के सामान व जेवर चोरी करने वाले एक गैंग की 4 सदस्यों को पुलिस ने किया काबू, कटर किया बरामद। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।